ਮੇਰਾ ਨਾਂ ਰੁਖਸਾਨਾ ਅਸਲਮ ਹੈ ਅਤੇ UC 13 ਦੇ ਵਿੱਚ ਮੇਰੀ ਡਿਊਟੀ ਹੈ LWMC ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਅਤੇ UC 13 ਦੇ ਵਿੱਚ ਬਤੌਰ ਵਰਕਰ ਮੈਂ ਆਪਣੇ ਫਰਾਈਜ਼ ਅੰਜਾਮ ਦੇ ਦਿੰਦੀ ਹਾਂ। ਅਤੇ ਵਾਕਿਆ ਕੁਛ ਇਸ ਤਰ੍ਹਾਂ ਹੈ ਕਿ ਅਲੀ ਫਜ਼ਲ ਇੱਥੇ ਸੁਪਰ ਆਪਣਾ ਜ਼ੈਡ ਹੋਏ ਅਤੇ ਸਰ ਆਏ ਦਿਨ ਉਹ ਵਰਕਰਾਂ ਨਾਲ ਬਦਤਮੀਜ਼ੀ ਕਰ ਰਿਹਾ ਅਤੇ ਕਈਆਂ ਵਰਕਰਾਂ ਦੇ ਨੇ ATM ਵੀ ਜਿਹੜੇ ਨੇ ਉਹ ਜ਼ਬਤ ਕੀਤੇ ਨੇ, ਉਹਨਾਂ ਨੂੰ ਬਲੈਕਮੇਲ ਕਰਦਿਆਂ ਕਿ ਮੈਂ ਤੁਹਾਨੂੰ ਨੌਕਰੀਓਂ ਕਢਾ ਰਿਹਾ ਨਹੀਂ ਅਤੇ ਆਪਣੇ ATM ਮੈਨੂੰ ਫੜਾਓ। ਆਪਣੀ ਮਰਜ਼ੀ ਨਾਲ ਉਹਨਾਂ ਦੇ 10-10 ਹਜ਼ਾਰ ਵੀ ਆ ਤਨਖਾਹਾਂ 'ਚੋਂ ਕਢਾ ਲੈਂਦਾ। ਮਾਈਕਲ ਨਾਂ ਦਾ ਵਰਕਰ, ਉਹਦਾ ਵੀ ਇਹਨੇ ATM ਜ਼ਬਤ ਕੀਤਾ। ਔਰ ਦੂਸਰੀ ਗੱਲ ਇਹ ਕਿ ਮੈਨੂੰ ਵੀ ਇਹਨੇ 3-4 ਦਫ਼ਾ ਅੱਗੇ ਵੀ ਗਾਲੀ ਗਲੋਚ ਕੀਤਾ ਅਤੇ ਮੈਂ ਟਾਲਾ ਕਰਦੀ ਹਾਂ ਕਿ ਚਲੋ ਕੋਈ ਨਹੀਂ ਗੱਲ, ਖੈਰ ਹੀ ਬੱਚਿਆਂ ਦਾ ਰੋਜ਼ਗਾਰ ਲੱਗਿਆ, ਕੋਈ ਨਹੀਂ ਗੁਜ਼ਾਰਾ ਕਰਨਾ। ਅੱਜ ਜਦੋਂ ਕਿ 8 ਤਰੀਕ 7ਵਾਂ ਮਹੀਨਾ, ਦੁਪਹਿਰ 1 ਵਜੇ ਮੈਂ ਕੰਮ ਤੋਂ ਫਰਕ ਹੋ ਕੇ ਅਤੇ ਅਟੈਂਡੈਂਸ ਪਾਉਣ ਗਈ ਹਾਂ ਅਤੇ ਉੱਥੇ UC 11 ਦਾ ਸ਼ਾਨੀ ਆਇਆ ਅਤੇ ਇਹਨਾਂ ਸਾਰਿਆਂ ਨੇ ਡਿਸਕਸ ਕੀਤੀ ਹੈ ਅਤੇ ਸ਼ਾਨੀ ਨੇ ਅੱਗੋਂ ਇਹ ਕਿਹਾ ਕਿ ਇਹਨੂੰ ਮੇਰੇ ਹਵਾਲੇ ਕਰੋ, ਮੈਂ ਕਾਬੂ ਕਰਨਾ ਵਾਂ। ਸ਼ਾਨੀ ਦੇ ਕਹਿਣ 'ਤੇ ਅਲੀ ਨੇ ਮੇਰੇ ਨਾਲ ਕੀਤੀ ਹੈ ਬਦਤਮੀਜ਼ੀ ਅਤੇ ਉਹਨੇ ਇੰਤਸ਼ਾਰ ਸ਼ਾਨੀ ਨੇ ਆ ਕੇ ਫੈਲਾਇਆ। ਅਲੀ ਨੇ ਮੇਰੇ ਕੱਪੜੇ ਵੀ ਫਾੜੇ ਨੇ, ਮੈਨੂੰ ਗਾਲੀ ਗਲੋਚ ਵੀ ਕੀਤਾ ਅਤੇ ਲਿਹਾਜ਼ਾ ਬਦਤਮੀਜ਼ੀ ਵੀ ਮੇਰੇ ਨਾਲ ਬਹੁਤ ਕੀਤੀ ਹੈ, ਹੱਥੋਂ ਪਾਈ ਹੋਇਆ ਮੇਰੇ ਕੱਪੜੇ ਛੱਪੜੇ ਫਾੜੇ। ਅਤੇ ਮੈਂ ਮਰੀਮ ਨਵਾਜ਼ ਸਾਹਿਬਾ ਦੇ ਅੱਗੇ ਅਪੀਲ ਕਰ ਰਹੀ ਕਿ ਇਸ ਵਾਕਏ ਦਾ ਸਖਤੀ ਨਾਲ ਨੋਟਿਸ ਲਿਆ ਜਾਏ ਔਰ ਇਸ ਚੀਜ਼ ਦਾ ਸਾਨੂੰ ਮਾੜੇ ਲੋਕਾਂ ਨੂੰ ਇਨਸਾਫ ਦਵਾਇਆ ਜਾਏ। ਥੈਂਕ ਯੂ।